भारत बंद ऐलान के चलते साड़ी टीम पहुंची बटाला के नज़दीकी कस्बा नौशहरा मज्जा सिंह जिथे माझा किसान संघर्ष कमेटी के बैनर तले किसानों के वलों सवेरे 6 बजे ही अमृतसर जम्मू कश्मीर नैशनल हाईवे जाम कर दिता। इस मौके किसानों वलों जिथे आम आवाजाई रोक के रखा उत्थे ही एमरजेंसी सेवावां नूं जान दिता गया। कारां हमेशा ही जबर दे नाल साढ़े सबर परख रही ने। असीं सोचते सी कि शायद ये नवीं सरकार जिहड़ी चन्नी दी आई है वो किसानों के नाल थोड़ी बहुत हमदर्दी रखेगी, पर जिस तरह वो लकीर के फकीर होंगे उस तरह ही उन्हें अपना पहले दिन ही अजे कल कैबिनेट ने सहु चुकी है तो नाल ही सब तो पहला जिहड़ा आर्डिनेंस जारी किया भी सारे पंजाब की धारा 144 ला दी जाए तो किसानों को प्रदर्शन करने तो रोक दिया जाए। पर असीं यह गल दस देना चाहते हैं भी तू अज सड़कों उपर निकल के देख जे तेरी गड्डी का एक पैर भी गांड पटे जो तां गल करी। सानू इहदे नाल कोई फर्क नहीं पैंदा, सरकारां परचे करन सरकारां साडे ते जबर करन ਅਸੀਂ ਸਰ ਜਬਰ ਨੂੰ ਆਪਣੇ ਸਬਰ ਨਾਲ ਪਰਖਣ ਲਈ ਤਿਆਰ। ਦਰਸ਼ਨ ਅੱਜ ਸੰਯੁਕਤ ਮੋਰਚੇ ਦੀ ਕਾਲ ਸੀ, ਲਗਭਗ 1 ਮਹੀਨੇ ਤੋਂ ਵੱਧ ਟਾਈਮ ਹੋ ਗਿਆ ਉਹਨਾਂ ਨੇ ਕਾਲ ਦਿੱਤੀ ਸੀ ਕਿ ਜਿਹੜਾ ਰੋਡ ਆ ਇਹਨੂੰ ਜਾਮ ਕੀਤਾ ਜਾਵੇਗਾ, ਪੂਰੀ ਤਰ੍ਹਾਂ ਭਾਰਤ ਜਿਹੜਾ ਇਹਨੂੰ ਬੰਦ ਕੀਤਾ ਜਾਵੇਗਾ, ਸਿਰਫ ਐਮਰਜੈਂਸੀ ਸੇਵਾਵਾਂ ਜਿਹੜੀਆਂ ਉਹ ਚਾਲੂ ਰਹਿਣਗੀਆਂ ਅਤੇ ਬਾਕੀ ਸਾਰਾ ਕੁਝ ਬੰਦ ਹੋਏਗਾ ਤਾਂ ਕਿ ਇਹਦੇ ਨਾਲ ਸਰਕਾਰ 'ਤੇ ਪ੍ਰਭਾਵ ਜਿਹੜਾ ਵਾ ਇਹ ਜਾਵੇ ਕਿ ਕਿਸਾਨ ਜਿਹੜੇ ਆ ਉਹ ਬਿਲਕੁਲ ਇੱਕਜੁੱਟ ਨੇ ਅਤੇ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ ਜਿਵੇਂ ਵੀ ਕਾਲ ਆਉਂਦੀ ਆ ਉਸੇ ਤਰ੍ਹਾਂ ਉਹਨੂੰ ਇਹਨਾਂ ਬਿੰਨ ਪੂਰਾ ਕਰਦੇ ਨੇ। ਦੇਖੋ ਪਿਛੇ ਦੀਆਂ ਹਾਕਮ ਸਰਕਾਰਾਂ ਅੰਗਰੇਜ਼ਾਂ ਵਾਰੀ ਬੜਾ ਬੜਾ ਲੰਮਾ ਸੰਘਰਸ਼ ਚੱਲਿਆ ਅਤੇ ਜਦੋਂ ਬਹੁਮਤ ਨਾਲ ਸਰਕਾਰ ਆ ਜਾਵੇ ਅਤੇ ਇਹੋ ਜਿਹੇ ਬੰਦੇ ਡਿਕਟੇਟਰ ਜਿਹੜੇ ਇਹ ਗੱਦੀ 'ਤੇ ਬਹਿ ਜਾਣ ਅਤੇ ਫਿਰ ਇਹ ਸੰਘਰਸ਼ ਜਿਹੜੇ ਲੰਮੇ ਚੱਲਦੇ ਆ। ਅਸੀਂ ਸਮਝਦੇ ਭਾਵੇਂ 2024 ਤੱਕ ਚੱਲੂਗਾ ਪਰ ਇਹ ਸੰਘਰਸ਼ ਨੇ ਲੋਕਾਂ ਨੂੰ ਲਾਮਬੰਦ ਕਰ ਦਿੱਤਾ, ਉਹਨਾਂ ਨੂੰ ਆਪਣੇ ਹੱਕਾਂ ਵਾਸਤੇ ਲੜਨ ਵਾਸਤੇ ਲਾਮਬੰਦ ਕਰ ਦਿੱਤਾ, ਪ੍ਰੇਰਿਤ ਹੋਏ ਆ ਅਤੇ ਹੁਣ ਪੁਜੀਸ਼ਨ ਇਹ ਬਣੀ ਆ ਵੀ ਇਹਨਾਂ ਦੀਆਂ ਗੱਦੀਆਂ ਜਿਹੜੀਆਂ ਉਹ ਹਿੱਲਣ ਲੱਗ ਪਈਆਂ ਵਾ ਅਤੇ ਇਹ ਜਿਹੜਾ ਮੋਰਚਾ ਵਾ ਜਾਂ ਜਿਹੜੇ ਕਾਲੇ ਕਾਨੂੰਨ ਇਹਨੇ ਲੋਕਾਂ ਨੂੰ ਮਾਰਨ ਵਾਸਤੇ ਇਹਨੇ ਦੇਸ਼ ਸਾਰਾ ਵੇਚ ਦਿੱਤਾ, ਪ੍ਰਾਈਵੇਟੇਸ਼ਨ ਕਰ ਦਿੱਤੀ ਸਾਰੀ ਅਤੇ ਲੋਕਾਂ ਨੂੰ ਬਹੁਤ ਜ਼ਿਆਦਾ ਤੰਗ ਹੈ ਇਹ ਤੋਂ ਅਤੇ ਇਹ ਆਪਣੇ ਹੱਕਾਂ ਵਾਸਤੇ ਹੁਣ ਜਿਹੜੇ ਲੋਕ ਇਹ ਉੱਠ ਖੜ੍ਹੇ ਹੋਏ ਆ ਅਤੇ ਇਹਨਾਂ ਨੂੰ ਜਿਹੜੇ ਕਾਲੇ ਕਾਨੂੰਨ ਇਹ ਵੀ ਵਾਪਸ ਲੈਣੇ ਪੈਣੇ।